ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ। ਹਾਂਜੀ, ਇਹ ਜੋ ਪਹਿਲਾ ਬੀਜ ਮੰਤਰ ਹੈ ਇਸਦਾ ਸ਼ੁੱਧ ਉਚਾਰਨ ਕਰਨਾ ਜਿਸ ਤਰ੍ਹਾਂ ਕੀਤਾ ਗਿਆ ਹੈ। ਪਹਿਲਾਂ ਉਚਾਰਨ ਕਰਨਾ ਇੱਕ, ਫਿਰ ਬੋਲਣਾ ਓਅੰਕਾਰ। ਕਈ ਇਸਦਾ ਉਚਾਰਨ ਏਕੰਕਾਰ ਕਰਦੇ ਹਨ ਜਾਂ ਏਕੰਕਾਰ ਕਰਦੇ ਹਨ, ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੈ ਉਹ ਇਸ ਤਰ੍ਹਾਂ ਉਚਾਰਨ ਕਰਦੇ ਨੇ। ਜਿਹੜਾ ਬਿਲਕੁਲ ਅਸ਼ੁੱਧ ਹੈ ਜਾਂ ਇੱਕ ਓਮ ਉਚਾਰਨ ਕਰਦੇ ਹਨ, ਪਰ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਨੇ ਇਸਦਾ ਉਚਾਰਨ ਸਾਨੂੰ ਬੀਜ ਮੰਤਰ ਦਾ ਦੱਸਿਆ ਹੈ। ਜਿਵੇਂ ਓਅੰਕਾਰ ਬਾਣੀ ਹੈ ਉਹਦੇ ਵਿੱਚ ਵੀ ਮਹਾਰਾਜ ਦੇ ਬਚਨ ਹਨ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿੰਚਿਤ। ਯਾਨੀ ਜਿਹੜਾ ਓਅੰਕਾਰ ਉਚਾਰਨ ਕਰਨਾ ਇਹ ਉਹਦਾ ਖੁੱਲੇ ਮੂੰਹ ਵਾਲਾ ਉਹਦਾ ਉਚਾਰਨ ਕਰਨਾ, ਬੰਦ ਮੂੰਹ ਵਾਲਾ ਉਹਦਾ ਨਹੀਂ ਉਚਾਰਨ ਕਰਨਾ। 52 ਅੱਖਰੀ ਦੇ ਵਿੱਚ ਵੀ ਜਿਹੜੀ ਭਗਤਾਂ ਦੀ ਬਾਣੀ ਦੇ ਵਿੱਚ 52 ਅੱਖਰੀ ਹੈ ਉਹਦੇ ਵਿੱਚ ਵੀ ਇਹ ਉਚਾਰਨ ਹੈ, ਓਅੰਕਾਰ ਆਦਿ ਮੈਂ ਜਾਨਾ ਲਿਖ ਹਰ ਮੇਟਾ ਤਾਹੀ ਨਾ ਮਾਨਾ। ਦਸਮ ਗ੍ਰੰਥ ਦੇ ਵਿੱਚ ਵੀ, ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਵੀ ਇਹ ਓਅੰਕਾਰ ਦਾ ਉਚਾਰਨ ਮਹਾਰਾਜ ਨੇ ਲਿਖਿਆ ਹੈ। ਪ੍ਰਥਮੇ ਓਅੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੋਰਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਵਾਰਾਂ ਦੇ ਵਿੱਚ, ਕਵਿਤਾ ਦੇ ਵਿੱਚ ਬਹੁਤ ਥਾਵਾਂ ਤੇ ਓਅੰਕਾਰ ਪਦ ਵਰਤਿਆ ਹੈ। ਉੱਥੇ ਵੀ ਓਅੰਕਾਰ ਦਾ ਜਿਹੜਾ ਲਿਖਤ ਦੇ ਵਿੱਚ ਊੜਾ ਖੁੱਲੇ ਮੂੰਹ ਵਾਲਾ, ਐੜੇ ਉੱਤੇ ਟਿੱਪੀ, ਕੱਕੇ ਕੰਨਾ, ਰਾਰਾ ਉਚਾਰਨ ਕਰਨਾ ਹੈ, ਇਕੱਠਾ ਹੀ ਬੋਲਣਾ ਹੈ। ਪਹਿਲਾਂ ਬੋਲਣਾ ਹੈ ਜਿਹੜਾ ਇੱਕ, ਯਾਨੀ ਜਿਹੜੀ ਗਣਿਤ ਵਿਦਿਆ ਦਾ ਏਕਾ ਹੈ ਇਸਦਾ ਉਚਾਰਨ ਇੱਕ ਕਰਨਾ ਹੈ। ਕਈ ਇਸਦਾ ਉਚਾਰਨ ਇੱਕ ਕਰ ਜਾਂਦੇ ਹਨ, ਇੱਕ ਵੀ ਅਸ਼ੁੱਧ ਉਚਾਰਨ ਹੈ। ਈੜੀ ਸਿਆਰੀ ਕੱਕਾ ਇੱਕ, ਦੂਸਰਾ ਉਚਾਰਨ ਕਰਨਾ ਓਅੰਕਾਰ, ਇਸ ਤਰ੍ਹਾਂ ਸ਼ੁੱਧ ਬੋਲਣਾ ਹੈ। ਸੰਪਰਦਾ ਦੇ ਵਿੱਚ ਇਸ ਤਰ੍ਹਾਂ ਸ਼ੁੱਧ ਉਚਾਰਨ ਦੱਸਿਆ ਜਾਂਦਾ ਹੈ, ਇੱਕ ਓਅੰਕਾਰ। ਫਿਰ ਅੱਗੇ ਹੈ ਸਤ ਨਾਮ, ਇਹ ਵੀ ਸਤਨਾਮ ਨਹੀਂ ਕਹਿਣਾ, ਕਈ ਇਕੱਠਾ ਹੀ ਬੋਲ ਜਾਂਦੇ ਹਨ ਸਤਨਾਮ। ਜਿਹੜਾ ਸਤ ਪਦ ਹੈ ਇਹ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਹੈ, ਸਤ ਨਹੀਂ ਕਹਿਣਾ ਹੈ, ਸਤ ਨਾਮ। ਅਤੇ ਅੱਗੇ ਹੈ ਕਰਤਾ ਪੁਰਖ, ਇਹ ਵੀ ਵੱਖਰੇ ਵੱਖਰੇ ਪਦ ਉਚਾਰਨ ਕਰਨੇ ਹਨ। ਕਰਤਾ ਵੱਖਰਾ ਬੋਲਣਾ, ਪੁਰਖ ਵੱਖਰਾ ਬੋਲਣਾ। ਕਈ ਵਾਰ ਖੱਖਾ ਰਹਿ ਜਾਂਦਾ, ਪੁਰਖ ਹੀ ਕਹਿ ਜਾਂਦੇ ਹਨ, ਖੱਖਾ ਸ਼ੁੱਧ ਉਚਾਰਨ ਕਰਨਾ ਪੁਰਖ। ਇਸ ਤਰ੍ਹਾਂ ਦੋ ਦੋ ਪਦ ਉਚਾਰਨ ਕਰਨੇ ਹਨ। ਨਿਰਭਉ ਨਿਰਵੈਰ, ਇਹ ਵੀ ਨਿਰਭਉ ਵੱਖਰੇ ਵੱਖਰੇ ਨਹੀਂ ਬੋਲਣੇ ਪਦ, ਇਹ ਪਦ ਇਕੱਠਾ ਹੀ ਬੋਲਣਾ ਹੈ। ਨਿਰਭਉ ਨਿਰਵੈਰ, ਕਈ ਨਿਰਭੋ ਕਹਿ ਜਾਂਦੇ ਹਨ, ਭੱਬੇ ਹੂੜਾ ਲਾ ਦਿੰਦੇ ਹਨ, ਪਰ ਭੱਬਾ ਊੜਾ ਬੰਦ ਮੂੰਹ ਵਾਲਾ, ਥੱਲੇ ਔਂਕੜ ਲੱਗੀ ਹੈ, ਇਹਦਾ ਉਚਾਰਨ ਹੈ ਨਿਰਭਉ ਨਿਰਵੈਰ। ਅਕਾਲ ਮੂਰਤ, ਅਕਾਲ ਮੂਰਤ ਜਿਹੜਾ ਪਾਠ ਹੈ ਇਹ ਸੰਪਰਦਾ ਦੇ ਵਿੱਚ ਦਮਦਮੀ ਟਕਸਾਲ ਵਿੱਚ ਇਕੱਠਾ ਕਰਾਇਆ ਜਾਂਦਾ ਹੈ, ਜਿਹੜਾ ਲਿਖਿਆ ਵੱਖਰਾ ਪਰ ਪਾਠ ਇਕੱਠਾ ਹੀ ਕਰਨਾ। ਅਕਾਲ ਮੂਰਤ, ਕਈ ਤੱਤਾ ਛੱਡ ਜਾਂਦੇ ਹਨ, ਅਕਾਲ ਮੂਰਤ ਕਹਿ ਦਿੰਦੇ ਹਨ, ਸ਼ੁੱਧ ਤੱਤਾ ਉਚਾਰਨ ਕਰਨਾ, ਸ਼ੁੱਧ ਪਦ ਉਚਾਰਨ ਕਰਨਾ ਅਕਾਲ ਮੂਰਤ। ਅਜੂਨੀ ਸਹਿ ਭੰਗ, ਅਜੂਨੀ ਵੱਖਰਾ ਬੋਲਣਾ ਹੈ, ਕਈ ਅਜੂਨੀ ਸਹਿ ਬੋਲ ਜਾਂਦੇ ਹਨ, ਅਜੂਨੀ ਸਹਿ ਭੰਗ ਉਚਾਰਨ ਕਰ ਦਿੰਦੇ ਹਨ, ਅਜੂਨੀ ਵੱਖਰਾ ਬੋਲਣਾ ਹੈ। ਸਹਿ ਭੰਗ ਇਕੱਠਾ ਕਹਿਣਾ ਹੈ, ਸਹਿ ਭੰਗ ਨਹੀਂ ਕਹਿਣਾ ਹੈ, ਸਹਿ ਭੰਗ, ਜਾਂ ਕਈ ਗੱਗਾ ਲਾ ਦਿੰਦੇ ਹਨ ਸਹਿ ਭੰਗ ਕਹਿ ਜਾਂਦੇ ਹਨ, ਇਹ ਤਾਂ ਬਿਲਕੁਲ ਹੀ ਅਸ਼ੁੱਧ ਹੈ। ਉਚਾਰਨ ਕਰਨਾ ਹੈ ਅਜੂਨੀ, ਫਿਰ ਬੋਲਣਾ ਹੈ ਸਹਿ ਭੰਗ, ਜੂਨਾ ਦੇ ਵਿੱਚ ਨਹੀਂ ਆਉਂਦੇ ਹੋ, ਅਤੇ ਸਹਿ ਭੰਕੀ ਸੁਤੇ ਪ੍ਰਕਾਸ਼ ਹੋ ਵਾਹਿਗੁਰੂ ਜੀ। ਗੁਰ ਪ੍ਰਸਾਦ, ਮੁੱਖ ਪਾਠ ਸੰਪਰਦਾ ਦੇ ਵਿੱਚ ਗੁਰ ਵੱਖਰਾ ਕਰਾਇਆ ਜਾਂਦਾ ਅਤੇ ਪ੍ਰਸਾਦ ਵੱਖਰਾ ਕਰਾਇਆ ਜਾਂਦਾ। ਦੂਸਰਾ ਗੁਰਪ੍ਰਸਾਦ ਪਾਠ ਵੀ ਹੈ, ਗੁਰ ਦਾ ਅਰਥ ਹੈ ਚੇਤਨ ਸਰੂਪ ਹੋ, ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ ਹੋ ਵਾਹਿਗੁਰੂ ਜੀ। ਔਰ ਪ੍ਰਸਾਦ ਦਾ ਜਿਹੜਾ ਉਚਾਰਨ ਹੈ ਇਹ ਪੱਪੇ ਦੇ ਹੇਠਾਂ ਚਰਨਾਂ ਚ ਰਾਰਾ ਹੈ,
इसका उचारण प्रसाद करना है। फिर आप जी गुरबाणी च जो दर्शन करोगे बहुत थावां ते रारा पूरा भी आंदा है, उसका उचारण है प्रसाद। हेठा रारा जिहड़ा बोलना है उसनू कहना है प्रसाद। शुद्ध उचारण है गुर प्रसाद। जप पद जिहड़ा है ये भी कई जप कस के बोल जांदे हन, उचारण पोला ही करना है जप, यानी जपने योग हो वाहिगुरु जी, आप जी नू जपना चाहिदा है। जप बाणी दा नाम है। अगर असी जप कस के बोलांगे तां इहदा अर्थ हो जाएगा खाना, जिवें आसा राग दे विच वी सतगुरु साहिब जी दे वचन हन, जपिए नाम जपिए अन्न। जपिए पहला जपिए पद पोला है, नाम जपना चाहिदा है, अते जपिए अन्न दा अर्थ है वी अन्न खाना चाहिदा है। और इस तरह यानी ये पोला उचारण करना जप, जप नहीं कहना है। आद सच जुगाद सच, हांजी सच भी कस के बोलना है, आद सच जुगाद पद भी थोड़ा जा कस के उचारण करना है, और जज्जा शुद्ध बोलना है, युगाद नहीं कह देना, कई यया ही ला देंदे, इसनु थोड़ा जा कस के बोलना है जुगाद सच। है भी सच, है भी वखरा बोलना है, भी भी वखरा बोलना, कई अनजान हैप्पी कह जांदे हन, पप्पा ला जांदे हन, पर वखर शुद्ध उचारण है भी सच। नानक होसी भी सच, ये भी नानक पद ते यमक ला के उचारण करना है, नानक यानी थोड़ा जा रुक के, नानक होसी भी सच। भी सच नहीं कहना है, भी सच कोई पाठ नहीं है, होसी भी इत थोड़ा जा ठहरा दे के फिर नखेर के बोलना है सच, नानक होसी भी सच। सोचै सोच ना होवई, सोचै पद दे भी थोड़ा जा ठहरा, यमक ची ला के बोलना है, सोचै सोच नहीं कहना, सोचै सोच ना होवई, नन्ना मुक्ता है, कई ना नन्ने कन्ना ला देंदे हन, नन्ने मुक्ते दा उचारण ना, जे नन्ने का कन्ना लावांगे तां एक मात्रा वध जाएगी, दो मात्रा हो जाएगी, एक मात्रा है, इसका उचारण ना उचारण करना, हो वई कई हो भी कह जाते हैं, ईड़ी छाड़ी जाते हैं, उचारण करना हो वई, सोचै सोच ना हो वई। जे सोची लख वार, लख थोड़ा जा दब के बोलना है, कस के उचारण करना है, वार वखरा बोलना है, जे सोची लख वार, लखवार नहीं कहना, लख वार। चुपै चुप ना होवई, जे लाए रहा लेवतार, हांजी ये पाठ भी ध्यान नाल उचारण करना, चुपै इथे यमक चुप ना होवई, ए चुप जिहड़ा पद है इथे जिहड़ी श्रोमणी कमेटी वालिआं ने पोथियां छपाईआं इहदे पप्पे नूं सिहारी नहीं है, पर पप्पे नूं सिहारी दे नाल पाठ शुद्ध है, संपर्दा दे विच पप्पे दी सिहारी दे नाल शुद्ध मन्निया जांदा है। बाकी पुरातन सरूपां च वी जदों असीं दर्शन करदे हां उहनां विच वी पप्पे नूं सिहारी लगी हुई है, पर जिहड़े नवीन विद्वान हन उहनां ने व्याकरण दे नियमां अनुसार जिहड़ी सिहारी कट दित्ती है, अते क्योंकि भुख नूं देख के सिहारी कट्टी है वी अगे भुख दे सिहारी नहीं हैगी है, इस करके चुप दे भी सिहारी नहीं होनी चाहीदी है, परंतु संपर्दा दे विच पाठ पप्पे दी सिहारी दे नाल शुद्ध मन्निया जांदा है, बाकी सारे सरूपां विच भी पप्पे नूं सिहारी लगी हुई है, इस करके शुद्ध है, चुपै चुप ना होवई, इत्थे विश्राम है। जे लाए रहा लिव तार, ये लाए दा उचारण शुद्ध करना है, लाए ला नहीं ला देनी है, लल्ले दे कन्ने नूं वधा देना, पीड़ी दे वाज छड्डनी है, लाए पाए खाए, इस सिहारी दा उचारण है, ला दीर्घ मात्रा है उहदा उचारण है, लाए पाए जाए खाए, इउं लावां ला के उचारण नहीं करना, शुद्ध बोलना है, चुपै चुप ना होवई, जे लाए रहा, इत्थे ठमक ला देनी है,
लिव तार, लिव तार कठा नहीं कहना, वखरा वखरा बोलना। भुखिया भुख ना उतरी जे बन्ना पुरिया पार। भुखिया इथे भी यमक, भुखिया भुख ना उतरी इथे विश्राम, जे इथे यमक, बन्ना पुरिया पार, ये बन्ना पद जेड़ा है भारा उचारण करना, बन्ना नहीं कहना है। जिस तरह महाराज साहब के वचन हैं परमेश्वर दिता बन्ना, उत्थे बन्ना है, बन्ना का अर्थ है पुत्र, इत्थे बन्नन का वाचक है, थोड़ा जा भारा बोलना है। भुखिया भुख ना उतरी जे बन्ना पुरिया भार। सहस सियाणपा लख होहे ता एक ना चले नाल। ये भी उचारण सहस ही करना है। अजकल जेडे नवीन विद्वान हन ओ सहस करान लग पए हन, पर संपर्दा दे विच ये उचारण सहस ही कराया जांदा है, इस करके सहस ही बोलना है। कई कहंदे ने दलावां लग जांदियां हन, दलावां दा फिर सहस ते लगदियां हन। अगर ये पद नूं असी सहस बोलांगे फिर गुरबाणी विच बहुत पद आ जांदे हन, जिस तरह गुरमंत्र हीन अस्य जो प्राणी, त्रिगंत जन्म प्रश्न है, कुकर है, सूकर, गर्दवह, काक, सर्पन, तोल, खल, इस तरह उच्चारण नहीं करना है। कुकर है, सूकर है, गर्दवह, काक है, सर्पन है, तोल, खल है, इस तरह शुद्ध उच्चारण है। जा महला शब्द ही है, जे ससा हाहा सह हुंदा ते मम्मा हाहा मह हुंदा, महला बोलांगे। महला तो अजकल अज तक किसी ने भी उचारण नहीं किया। जा आद गुर ए नमः, फिर वाहिगुरु जी का खालसा, वाहिगुरु जी की फतह, फतह उचारण करना, यानी जा जह जह जह, तह तह, मह मह, इस तरह उचारण नहीं करना। जह जह, तह तह, मह मह, ये शुद्ध उचारण है। इस करके उचारण सहस उचारण करना है। सहस सियाणपा लख होहे, होहे दे ला नहीं ला देनी, सिहारी लगी हुई है, हाहे दे होड़े नूं वधा देना है। अगले हाहे ते जदों असी आवाज सूखम रूप विच छड़ांगे तां सूखम रूप विच सिहारी लग जांदी है, जिवें होहे, सोहे, मोहे, खोहे, ये सिहारी दा उचारण है। ला दा उचारण है होहे, मोहे, सोहे, खोहे। सहस सियाणपा लख होहे तां एक ता मुक्ता ही अखर है, इनू ता नहीं कहना, जा ता नहीं कहना है। ता एक न चले नाल। केव सत्यारा हुई है, केव कूड़ा टुटा पाल। दोवे जेडे केव पद हन इना ते यमक ला के उचारण करना है। केव सत्यारा हुई है, केव कूड़ा टुटा पाल। हुक्म रजाई चलना नानक लिखिया नाल। ए नानक पाते भी यम ला के बोलना है। हुक्म रजाई चलना नानक लिखिया नाल। हुक्मी होवन आकार हुक्म न कहया जाई। सारे हुक्मी पाते यम ला के बोलना है। हुक्मी होवन आकार हुक्म न कहया जाई। ए हुक्म ना इस्थे नहीं रुकना, हुक्म ना कहया जाई, कहया बोलना है, कई क्या ही कह जंदे हन, जो बिल्कुल अशुद्ध उच्चारण है। कहया, रहया, बहया, इस तरह इन्हां पदां दी मेहनत करके फिर ये शुद्ध हो जंदा है उच्चारण। हुक्मी हुवन आकार हुक्म ना कहया जाई। हुक्मी होवन जी हुक्म मिलै वड्याई। ए जी कई जिया ही बोल जांदे हन, ऐड़े कन्ना ला दिंदे हन, जां जी बोल जांदे हन, ऐड़ा छड्ड ही जांदे हन, इहदा उचारण है जी, ऐड़ा मुक्ता। हुक्मी होवन जी हुक्म मिलै वड्याई। हुक्मी उत्तम नीच हुक्म लिख दुख सुख पाई है। ए नीच पद दे विश्राम है। हुक्मी उत्तम नीच इथे विश्राम है। हुक्म लिख इथे ठहरा दे के थमक ला के बोलना है।
हुक्म लिख दुख सुख पाईयह, इसका उच्चारण पाईयह करना है। अजकल कई नवीन जेड़े हन ओ उच्चारण करवाउंदे ने पाईयह बोलो या पाईयह बोलो, ते इस ए बिल्कुल अशुद्ध उच्चारण है। जे असीं पाईयह बोलांगे तो पा दे बिंदी लग जाएगी, ई दे बिंदी लग जाएगी, ऐ दे लग जाएगी और रैड़े ते दलावां लग जाणगियां। जे आपां बोलदे आ पाईयह है फिर इहदा उच्चारण पप्पे कन्ना उत्ते बिंदी ईड़ी बिहारी उहदे नाल बिंदी, ऐ ते दलावां नाल बिंदी, है ते दलावां नाल बिंदी, यानी इन्नियां दलावां इन्नियां बिंदियां अपने आप तो ला रहे हैं। पर संपर्दा दे विच इहदा उच्चारण दस्या जांदा पाईयह, ऐड़ा अते हाहे दी सिहारी दा उच्चारण है ऐह। ऐह नहीं, ऐह भी नहीं करना, ऐह तां बिल्कुल ही अशुद्ध है। ऐह उच्चारण करना, सारे पद दा उच्चारण करना, हुक्म लिख दुख सुख पाईयह। इक ना हुक्मी बख्शीस, एक हुक्मी सदा पवाई है। ए बख्शीस जेड़ा पद है एदा खखा जेड़ा शुद्ध बोलना है बख्स, बहुत पद आ जांदे हन वाखत ताखत खखे बोलने हन, कई बार असी बख्स बोल जांदे हां कक्का ला जांदे हां, इस करके थोड़ा जा ध्यान नाल ये उच्चारण करना है। इक ना हुक्मी बख्शीस, एक हुक्मी सदा पवाई है। हुक्म अंदर सब को बाहर हुक्म न कोई, हुक्म अंदर सब को अंदर पाते थोड़ा जा ठहरा दे के, हुक्म अंदर सब पब्बा जेड़ा है सब नहीं कह देना है, ससा पब्बा सब, ससा पब्बा सब, तत्ते ओंकड़ जज्जा तुज, तत्ते ओंकड़ जज्जा तुज, यानी ये पद जेड़े जज्जा झज्जा गग्गा कग्गा दद्दा तद्दा बब्बा पब्बा, इना दे उचारना विच फर्क है। बब्बा जेड़ा है वो पोला बोलिया जांदा है, पब्बा थोड़ा भारा बोलिया जांदा है। इस तरह इहदा उचारण है हुक्म अंदर साब को बाहर हुक्म, इत्थे थोड़ा जा ठहरा देना है, बाहर हुक्म, हुक्म तो बाहर न कोई। नानक हुक्म है जे बुझे ता होमै कह न कोई, ये भी नानक पाते यमक ला के नानक हुक्म है जे बुझे, बुझे पद जेड़ा है ये कस के उच्चारण करना है, समझन दा वाचक है। जिथे त्रिशना पद आउंदा है उहदे नाल बुझे पद आउंदा है, उत्थे पूला बुझन दा वाचक, जा अगन पद दे नाल बुझे आवे ਉਹ ਵੀ ਪੋਲਾ ਉਚਾਰਨ, ਜਿੱਥੇ ਸਮਝਣ ਦਾ ਵਾਚਕ ਹੋਵੇ ਉੱਥੇ ਥੋੜਾ ਜਿਹਾ ਕੱਸ ਕੇ ਬੋਲਣਾ ਹੈ, ਬੁੱਝਿਆ ਨਹੀਂ ਕਹਿ ਦੇਣਾ, ਜੱਜੇ ਦੇ ਨਾਲ ਨਹੀਂ ਬੋਲਣਾ, ਬੁੱਝਿਆ ਉਚਾਰਨ ਕਰਨਾ। ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹਉਮੈ ਕਹੈ ਨਾ ਕੋਈ, ਹਉਮੈ ਦਾ ਉਚਾਰਨ ਊੜਾ ਬੰਦ ਮੂੰਗਲ ਹੈ, ਔਂਕੜ ਲੱਗੀ ਹੋਈ ਹੈ, ਥੋੜਾ ਜਿਹਾ ਜ਼ਿਆਦਾ ਮੁੱਖ ਖੋਲ੍ਹ ਕੇ ਇਸ ਦਾ ਉਚਾਰਨ ਹੋਏਗਾ, ਤਾਂ ਹਉਮੈ ਕਹੈ ਨਾ ਕੋਈ। गावा को ताण हुआ किसा ताण, एक किसा पद जेड़ा है इन किसा नहीं कहना है, किसा पूला ही उच्चारण करना है। गावा को ताण हुआ किसा ताण, गावा को दात जाना निशान, ए मुख रूप दे विच विश्राम को ते ही लाउणा है, कई दात ते विश्राम लाउंदे हन पर मुख रूप दे विच संपर्दा दे विच को ते विश्राम लवाया जांदा है। गावा को दात जाना निशान, गावै को गुण वडियाईया चार, गावै को विद्या विखम विचार, पिछे जड़ा वडियाईया पद है इसनु बिंदियां ला के वडे आईया वडियाईया, इस तरह नहीं बोलना है, जिस तरह उच्चारण किया गया है वडियाई एक वचन है, ऐडे करना बहुवचन हो गया है। गावै को गुण वडियाईया चार, गावै को विद्या विखम विचार, जिहड़ा विद्या है इसनु कस के बोलना है, विद्या नहीं कह देना, विद्या विखम विचार। गावै को साज करे तन खेह, ए भी जिहड़ी पंक्ति है शुद्ध उच्चारण करनी है, कई तनखेह कह देंदे हन, यानी दोवां पदां नु इकट्ठा कर देंदे हन, कई करेतन बोल जांदे हन, ए जिहड़े पिछले चार पद हन
ਇਹ ਨਖੇਰ ਕੇ ਪੜ੍ਹੇ ਜਾਣਗੇ ਤਾਂ ਇਹ ਸ਼ੁੱਧ ਉਚਾਰਨ ਹੋਏਗਾ। ਗਾਵੈ ਕੋ ਇੱਥੇ ਵਿਸਰਾਮ ਹੈ, ਫਿਰ ਬੋਲਣਾ ਸਾਜ ਕਰੇ ਤਨ ਖੇਹ, ਇਸ ਤਰ੍ਹਾਂ ਖੇਹੋ ਐ ਔਂਕੜ ਨਹੀਂ ਲਾ ਦੇਣਾ, ਖੱਖੇ ਲਾਂ ਦੀਰਘ ਵਧਾ ਕੇ ਹਾਹਾ ਮੁਕਤਾ ਹੈ, ਖੇਹ ਦੇਹ ਸੇਹ ਇਹ ਉਚਾਰਨ ਹੈ। ਦੋਵੇਂ ਪੰਕਤੀਆਂ ਦੇ ਵਿੱਚ ਗਾਵੈ ਕੋ ਜੀ ਲੈ ਫਿਰ ਦੇਹ, ਇਹ ਵੀ ਫਿਰ ਦੇਹ ਨਹੀਂ ਕਹਿ ਦੇਣਾ, ਲੈ ਫਿਰ ਇਕੱਠਾ ਨਹੀਂ ਕਹਿ ਦੇਣਾ, ਇਹ ਸ਼ੁੱਧ ਬੋਲਣਾ ਹੈ। ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜੀ ਲੈ ਫਿਰ ਦੇਹ, ਫਿਰ ਦੇਹ ਜਿਵੇਂ ਆਪਾਂ ਗਿਣਤੀ ਨਾਲ ਵਾਚਕ ਸ਼ਬਦ ਹੁੰਦੇ ਨਾ, ਇੱਕ ਦੋ ਤਿੰਨ ਚਾਰ, ਜੀ ਲੈ ਫਿਰ ਦੇਹ, ਇਸ ਤਰ੍ਹਾਂ ਇਹ ਸ਼ੁੱਧ ਹੋ ਜਾਂਦੇ। ਗਾਵੈ ਕੋ ਜਾਪੈ ਦਿਸੈ ਦੂਰ, ਦਿਸੈ ਪੋਲਾ ਹੀ ਬੋਲਣਾ ਹੈ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਹਾਦਰਾ ਹੀ ਉਚਾਰਨ ਕਰਨਾ, ਜਿਸ ਤਰ੍ਹਾਂ ਉਚਾਰਨ ਕੀਤਾ ਗਿਆ, ਕਈ ਹਾਦਰਾ ਕਹਿ ਦਿੰਦੇ ਹਨ, ਧੱਦਾ ਲਾ ਦਿੰਦੇ ਹਨ। ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਇਹ ਵੀ ਕਥਨਾ ਪਾਠ ਇਕੱਠਾ ਹੀ ਕਰਨਾ ਹੈ, ਕਈ ਵਾਰ ਆਪਣੀ ਲੈ ਚਾਲ ਨਾਲ ਜਦੋਂ ਪਾਠ ਕਰਦੇ ਹਨ ਫਿਰ ਬੋਲਦੇ ਹਨ, ਕਥ ਨਾ ਕਥੀ ਨਾ ਆਵੈ ਤੋਟ, ਕਥ ਨਾ ਵੱਖਰਾ ਹੋ ਜਾਂਦਾ, ਬੋਲਣਾ ਇਕੱਠਾ ਹੀ ਹੈ। ਕਥਨਾ ਕਥੀ ਇੱਥੇ ਵਿਸਰਾਮ ਹੈ, ਯਾਦ ਰੱਖਣ ਵਾਲਾ ਵਿਸਰਾਮ ਹੈ, ਕਥਨਾ ਕਥੀ ਨਾ ਤੇ ਨਹੀਂ ਲਾਉਣਾ ਹੈ, ਕਥਨਾ ਕਥੀ ਇੱਥੇ ਵਿਸਰਾਮ ਹੈ। ਨਾ ਆਵੈ ਤੋਟ, ਬੇਅੰਤਾਂ ਨੇ ਉਸ ਵਾਹਿਗੁਰੂ ਜੀ ਦੀ ਕਥਾ ਦਾ ਕਥਨ ਕੀਤਾ, ਪਰ ਨਾ ਆਵੈ ਤੋਟ ਉਸਦੀ ਕਥਾ ਦਾ, ਉਸਦੀ ਮਹਿਮਾ ਦਾ, ਉਹਦੇ ਜਸ ਦਾ ਕੋਈ ਤੋਟਾ ਨਹੀਂ ਆਉਂਦਾ ਹੈ, ਅੰਤ ਨਹੀਂ ਆਉਂਦਾ ਹੈ। ਕਥ ਕਥ ਕਥੀ ਕੋਟੀ ਕੋਟ ਕੋਟ, ਇਹ ਕਥ ਕਥ ਕਥੀ ਪੋਲੇ ਹੀ ਪਦ ਬੋਲਣੇ ਹਨ, ਕਥ ਕਥ ਕਥੀ ਇਸ ਤਰ੍ਹਾਂ ਨਹੀਂ ਬੋਲਣਾ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈਦੇ ਥੱਕ ਪਾਹ, ਇਹ ਦੇਦਾ ਹੀ ਉਚਾਰਨ ਕਰਨਾ, ਲੈਦੇ ਹੀ ਉਚਾਰਨ ਕਰਨਾ, ਜਿੱਥੇ ਬਿੰਦੀ ਲੱਗੀ ਹੈ ਉੱਥੇ ਲਾਉਣੀ ਹੈ, ਜਿੱਥੇ ਬਿੰਦੀ ਨਹੀਂ ਲੱਗੀ ਉੱਥੇ ਨਹੀਂ ਉਚਾਰਨ ਕਰਨੀ ਹੈ, ਇਹਦਾ ਉਚਾਰਨ ਕਰਨਾ ਹੈ। ਦੇਦਾ ਦੇ ਲੈਦੇ ਥੱਕ ਪਾਹ, ਜੁਗਾ ਜੁਗੰਤਰ ਖਾਹੀ ਖਾਹ, ਇਹ ਵੀ ਜੁਗਾ ਪਦ ਜਿਹੜਾ ਹੈ ਥੋੜਾ ਜਿਹਾ ਕੱਸ ਕੇ ਉਚਾਰਨ ਕਰਨਾ ਹੈ, ਫਿਰ ਅਗਲਾ ਜਿਹੜਾ ਜੁਗੰਤਰ ਹੈ ਇਹ ਵੀ ਥੋੜਾ ਜਿਹਾ ਕੱਸ ਕੇ ਬੋਲਣਾ ਹੈ, ਜੁਗਾ ਜੁਗੰਤਰ ਖਾਹੀ ਖਾਹ, ਇਹ ਖਾਹੇ ਪਾਹੇ ਲਾਵਾਂ ਨਹੀਂ ਲਾਉਣੀਆਂ, ਸਿਹਾਰੀ ਬੋਲਣੀ ਹੈ, ਪਾਹ ਖਾਹ। ਹੁਕਮੀ ਹੁਕਮ ਚਲਾਏ ਰਾਹ, ਹੁਕਮੀ ਪਦ ਤੇ ਵਿਸਰਾਮ ਲਾਉਣਾ ਹੈ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸਾ ਵੇਪਰਵਾਹ, ਇਹ ਵੀ ਵੇਪਰ ਰਾਰੇ ਤੋਂ ਨਹੀਂ ਤੋੜਨਾ ਹੈ, ਵਾਵੇ ਤੋਂ ਡੈਸ਼ ਦੇ ਕੇ ਲਮਕਾ ਕੇ ਉਚਾਰਨ ਕਰਨਾ, ਪਾਠ ਇਕੱਠਾ ਹੀ ਹੈ। ਵੇ ਪ੍ਰਵਾਹ, ਔਂਕੜ ਵੀ ਉਚਾਰਨ ਕਰਨਾ, ਵੇ ਪ੍ਰਵਾਹ ਕੂੜਾ ਨਹੀਂ ਬੋਲਣਾ ਹੈ।